दा मेरी वीडियोस को जो लाइक करे उनकी मायूस जिंदगी खिल जाए और जो कमेंट करे उनको उनकी मोहब्बत मिल जाए अस्सलाम वालेकुम। तो क्या हाल चाल है आप दोस्तों का ठीक ठाक हैं? मैं कमरा बस तो रे पे हो शादे लोग अस वीडियो तो शुरुआत सारा तो पहले यह रिक्वेस्ट करेंगे कि सानल नब्सक्राइब कर गिनो तो वीडियो लाइक कर गिनो ਇਹ ਨਾ ਲਾਈਕ ਕਰਨ ਨਾਲ ਕੋਈ ਨੁਕਸਾਨ ਹੈ ਨਾ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਨੁਕਸਾਨ ਹੈ ਅਸਾਂ ਅੱਜ ਬਣਾਇੰਦੇ ਪੈ ਗੰਨਾਮ ਤੇ ਵੀਡੀਓ ਗੰਨਾਮ ਹਕੂਮਤ ਤੇ ਆਵਾਮ ਦੇ ਉਤੇ ਕਿਸਾਨ ਤੇ ਆਵਾਮ ਦੇ ਉਤੇ ਵੀਡੀਓ ਇਹ ਗੰਨਾ ਮਾਸ਼ਾਅੱਲਾ ਕਿਸਾਨ ਬੜੀ ਮਿਹਨਤ ਕਰੀਂਦਾ ਇਸ ਗੰਨਾਮ ਦੇ ਉਤੇ ਤੇ ਇਹ ਗੰਨਾ ਥੀਂਦੀ ਏ ਮਤਲਬ ਮਿਹਨਤ ਬਗੈਰ ਕੋਈ ਚੀਜ਼ ਵੀ ਨਹੀਂ ਥੀਂਦੀ ਤੇ ਹੁਣ ਦੇਖੋ ਨਾ ਇਹ ਗੰਨਾਮ ਦਾ ਰੇਟ ਦੇਖ ਗਿਨੋ ਤਾਂ ਹੁਣ ਇਸ ਟਾਈਮ 11 12000 ਰੁਪਇਆ ਫੀ ਬੋਰੀ ਗਰੀਬ ਬੰਦੇ ਨੂੰ ਮਿਲਦੀ ਪਈਏ ਜਿਹੜੇ ਅਸਾਂ ਇੱਕ ਗੰਨਾ ਵੇਚਿਆ ਉਸ ਟਾਈਮ ਗੰਨਾਮ ਦਾ ਰੇਟ ਆਇਆ 5500 ਰੁਪਏ ਯਾਨੀ ਕਿ 50 500 ਤੇ ਹੁਣ ਇਹ ਗੰਨਾਮ ਦੇ ਘਨੋ ਇਹ ਗੰਨਾਮ 12000 ਰੁਪਏ ਦੀ ਸੇਲ ਪਈ ਥੀ ਦੀਏ ਫੀ ਬੋਰੀ 100 ਕਿਜੀ ਤਾਂ ਗੱਲ ਕਰਨ ਦਾ ਮਕਸਦ ਇਹ ਹੈ ਕਿ ਸਾਨੂੰ ਵੀ ਇਸ ਗੰਨਾਮ ਵਿੱਚ ਕੋਈ ਫਾਇਦਾ ਨਹੀਂ ਥਿੰਦਾ ਮਤਲਬ ਇਸ ਰੇਟ ਦਾ ਅਸਾਂ ਤਾਂ ਵੇਚੀਏ ਤੇ ਨਾ ਥਿੰਦਾ ਕੋਈ ਫਾਇਦਾ ਆਵਾਮ ਨੂੰ ਇਸ ਇਸ ਗੰਦਮ ਦਾ ਫਾਇਦਾ ਪਿਆ ਥਿੰਦਾ ਹਕੂਮਤ ਨੂੰ ਕਿਆ ਜਿਹੜੇ ਲੋਕ ਤਜਾਰਤੀ ਨੇ ਜੋ ਸਟਾਕ ਕਰੀਂਦੇ ਨੇ ਹੁੰਡੇ ਕੋ ਨਾ ਯਾਰ ਅਸਾਂ ਇਸ ਖਾਦ ਪੈਂਦੇ ਆ ਜੇ ਕੁਝ ਪੈਂਦੇ ਆ ਤਾਂ ਮਤਲਬ ਨਾ ਕੋਈ ਬੀਸੀ ਕੋਈ ਐਸੀ ਕੋਈ ਮਤਲਬ ਹੀ ਕੋਨੀ ਸਾਨੂੰ ਇਤਨੀ ਮਹਿੰਗੀ ਖਾਦ ਮਿਲਦੀ ਪਈ ਜਿਹੜੀ ਦੇ ਵਿੱਚ ਅਸਾਂ ਪੈਂਦੇ ਪੈ ਖਾਦ ਦੇ ਕੜਕ ਦੇ ਵਿੱਚ ਤਾਂ कोई इस अमल कोई साईं सेंकड़ा कोई कौन ऐसी कोई ऐसी है सारी तहसील जो, कोई सारे तसील, जो मत सारे तसील इन, इन, भी मत सारी तहसील मैंने घेरा दे जड़े चार पाँच हज़ार इन चोरी दुकानदार रे दीते बस चुप ब्लैक के खाद पई बिक दी है कोई किसान की कोई रिलफ ही कौनी जल असा त्रेसना लाई सू सारे को वैसे गड्डिया चिटिया चिटिया सारी इस गंद वीडियो बनाने का मकसद ये आई कि इसका फायदा मतलब ना किसान कौन ਆਵਾਮ ਨੂੰ ਕੋ ਨਹੀਂ ਇਜ਼ਾ ਫਾਇਦਾ ਹਕੂਮਤ ਨੂੰ ਜਾਂ ਇਸ ਨੂੰ ਹੈ ਮਤਲਬ ਜੋ ਤਜਾਰਤੀ ਲੋਕ ਇਹਨ ਜੋ ਸਟਾਕ ਕਰਿੰਦੇ ਨੇ ਉਹਨਾਂ ਕੋਲ ਇੱਕ ਅਸਾਂ 5500 ਵਿੱਚ ਵੇਚ ਆਈ ਫੂਡ ਕੀਤੀ ਆਈ ਜੇ ਕੀਤੀ ਆਈ ਸਾਰੇ ਕੋਲ ਜ਼ਬਰਦਸਤੀ ਉਠਾ ਕੇ ਘਿਨ ਗਏ ਲੇਕਿਨ ਅੱਜ ਦੇਖੋ ਕੜਕ ਦਾ ਰੇਟ ਤਕਰੀਬਨ ਨਹੀਂ ਤਕਰੀਬਨ 12000 ਰੁਪਏ ਤੋਂ ਸੇਲ ਪਈ ਥੀਂਦੀ ਹੈ 12000 ਰੁਪਏ ਤਾਂ ਯਾਰ ਗੱਲ ਇਹ ਹੈ ਗੱਲ ਕਰਨ ਦਾ ਤੇ ਵੀਡੀਓ ਬਣਾਉਣ ਦਾ ਮਕਸਦ ਇਹ ਆਈ ਕਿ ਕੋਈ ਸਾਰੀ ਖਾਦ ਹੁਣ ਸਾਨੂੰ ਇਤਨੀ ਮਹਿੰਗੀ ਮਿਲਦੀ ਪਈਏ ਉਸ ਦਾ ਕੋਈ ਵੀ ਨਹੀਂ ਕੋਈ ਪੁੱਛਣਾ ਵਾਲਾ ਵੀ ਨਹੀਂ ਖਾਦਾਂ ਦਾ ਬਹੁਤ ਮਹਿੰਗੀਆਂ ਖਾਦਨ ਤਾਂ ਆਵਾਮ ਚੋ ਜੀ ਹੁਣ ਇਹ ਕਿਹੜਾ ਕਿਹੜੀ ਮਹਿੰਗੀ ਪਈ ਕੀ ਹੁੰਦੀ ਏ ਜਿਹੜੀ ਅਸਾਂ ਵੇਚੀ ਆਏ 5500 ਇਚ ਠੀਕ ਹੈ ਨਾ ਯਾਰ ਕਿਸਾਨ ਪਾਕਿਸਤਾਨ ਦਾ ਵੀ ਤੱਲੇ ਵੈਂਦਾ ਪਈਏ ਕੋਈ ਉ ਤਾਂ ਤਰੱਕੀ ਨਹੀਂ ਪਿਆ ਕਰੀਂਦਾ ਆਵਾਮ ਹੀ ਹੁਣ ਹਸਤਾ ਹਸਤਾ ਗਰੀਬ ਹੋਣਾ ਸ਼ੁਰੂ ਹੋ ਗਈ ਏ ਆਵਾਮ ਦੇ ਹਾਲਾਤ ਐਸੇ ਨੇ ਜੁ ਲੈਨਾਂ ਚ ਖੜ ਕੇ ढा किलो आटा मिलता है तो यार सा गुज़ारिश यह है कि कोई इस दे बारे सोचा मने जो की कोई नहीं इस बारे सोची पर सारी वीडियो यो मकसद है कि इस गंदम का फायदा किसान को भी नहीं थम को भी नहीं नु नू है या नु स्टाकियाँ है पर अल्लाह हाफिज सारे चैनल सब्सक्राइब कर गिनो ਕਿਸਾਨ ਦੇ ਮਾਲੂਮਾਤ ਵਾਸਤੇ ਸਾਰੀਆਂ ਵੀਡੀਓ ਜੈਸੀਆਂ ਵੀਡੀਓ ਆndੀਆਂ ਰਾਂ ਸਨ ਬਾਕੀ ਲਵ ਯੂ ਹੋ ਗਿਆ